ਇਸ ਵੇਲੇ ਦੀ ਇੱਕ ਵੱਡੀ ਖਬਰ ਦਾ ਰੁਕ ਕਰਦੇ ਆ ਜਿੱਥੇ ਕੁਲਵੀਰ ਜ਼ੀਰਾ ਦੀਆਂ ਮੁਸ਼ਕਿਲਾਂ ਇੱਕ ਵਾਰ ਫੇਰ ਵੱਧ ਸਕਦੀਆਂ ਨੇ ਮੁਸ਼ਕਿਲਾਂ ਵਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਜਿੱਥੇ ਕੁਲਵੀਰ ਜ਼ੀਰਾ ਨੂੰ ਜ਼ਮਾਨਤ ਮਿਲਣ ਵਾਲੀ ਸੀਗੀ ਰਿਹਾ ਹੋਣ ਵਾਲੇ ਸੀਗੇ ਅੱਜ ਤੇ ਉੱਥੇ ਹੀ ਜ਼ਮਾਨਤ ਤੇ ਰੋਕ ਲੱਗ ਸਕਦੀ ਹੈ ਤੇ ਦੂਸਰੀ ਐਫਆਈਆਰ ਜਿਹੜੀ ਹੈ ਕੁਲਬੀਰ ਜ਼ੀਰਾ ਤੇ ਦਰਜ ਕੀਤੀ ਗਈ ਹੈ ਜੋ ਕਿ ਮਾਮਲਾ ਸਾਹਮਣੇ ਆਇਆ ਹੈ ਅੱਜ ਕੁਲਬੀਰ ਜ਼ੀਰਾ ਜਿਹੜੇ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਸੀਗੀ ਰੋਪੜ ਜੇਲ੍ਹ ਤੋਂ ਤੇ ਉੱਥੇ ਹੀ ਜਿਹੜੇ ਕਾਂਗਰਸੀ ਨੇ ਉਹ ਉੱਥੇ ਮਿਲਣ ਪਹੁੰਚਦੇ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹਣੀ ਉੱਥੇ ਮਿਲਣ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਕਈ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਉੱਥੇ ਹੀ ਦੂਜੇ ਪਾਸੇ ਇੱਕ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਕੁਲਬੀਰ ਜ਼ੀਰਾ ਦੀਆਂ ਹੁਣ ਇੱਕ ਵਾਰ ਫੇਰ ਮੁਸ਼ਕਲਾਂ ਵੱਧ ਸਕਦੀਆਂ ਨੇ ਮੁਸ਼ਕਲਾਂ ਇਸ ਲਈ ਵੱਧ ਸਕਦੀਆਂ ਨੇ ਕਿਉਂਕਿ ਹੁਣ ਦੂਸਰੀ ਐਫਆਈਆਰ ਜਿਹੜੀ ਹੈ ਦਰਜ ਹੋਈ ਹੈ ਧਾਰਾ 107 ਤੇ 151 ਦੇ ਤਹਿਤ ਜਿਹੜੀ ਹੈ ਦੂਸਰੀ ਐਫਆਈਆਰ ਦਰਜ ਕਰਾਈ ਗਈ ਹੈ ਦੱਸਦੇ ਨੇ ਆ ਕਿ ਸਾਬਕਾ ਵਿਧਾਇਕ ਕੁਲਬੀਰ ਜ਼ਿਰਾਦੀ ਇਹ ਮੁਸ਼ਕਲਾਂ ਰੁਕਣ ਦਾ ਥਮਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਬੇਲ ਦੀ ਮਨਜ਼ੂਰੀ ਮਿਲ ਚੁੱਕੀ ਸੀ ਬੇਲ ਦੇ ਬਾਵਜੂਦ ਵੀ ਜ਼ਿਰਾ ਤੋ ਜਿਹੜਾ ਦੇਖਿਆ ਜਾ ਰਿਹਾ ਵਾਪਸ ਨਹੀਂ ਆਏ ਨੇ ਜੇਲ੍ਹ ਤੋਂ ਇੱਕ ਹੋਰ ਕੇਸ ਦੇ ਵਿੱਚ ਫਸ ਚੁਕੇ ਨੇ ਇੱਕ ਹੋਰ ਕੇਸ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਕੁਲਬੀਰ ਜ਼ੀਰਾ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਧਾਰਾ 107 ਤੇ 151 ਦੇ ਤਹਿਤ ਇਹ ਐਫਆਈਆਰ ਜਿਹੜੀ ਹੈ ਦਰਜ ਕੀਤੀ ਗਈ ਹੈ ਦੂਜੀ ਐਫ ਆਰ ਚ ਕੋਰਟ ਤੋਂ ਹੋਰ ਜਿਹੜੇ ਹੈ ਆਰਡਰ ਬੇਲ ਦੇ ਆਰਡਰ ਜਿਹੜੇ ਨੇ ਹਜੇ ਲੈਣੇ ਬਾਕੀ ਨੇ ਤਾਂ ਕਿ ਉਹ ਰਿਹਾ ਹੋ ਸਕਣ ਜੇਲ੍ਹ ਤੋਂ ਦੱਸਦੇ ਨੇ ਮਾਮਲਾ ਅਖਰ ਪੂਰਾ ਹੈਗਾ ਕਿ ਸੀਗਾ 12 ਅਕਤੂਬਰ ਨੂੰ 2023 ਸਵੇਰੇ ਤੜਕੇ ਕਰੀਬਨ 4 ਤੋਂ 4:30 ਵਜੇ ਪੁਲਿਸ ਦੇ ਵੱਲੋਂ ਜ਼ੀਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਐਫ ਆਰ ਨੰਬਰ 120 ਦੇ ਤਹਿਤ ਕੇਸ ਦਰਜ ਕਰ ਦਿੱਤਾ ਜਾਂਦਾ ਹੈ ਕੇਸ ਦਰਜ ਕੀਤਾ ਜਾਂਦਾ ਹੈ ਕੁਲਬੀਰ ਜ਼ੀਰਾ ਤੇ ਕਿਉਂਕਿ ਜਿਹੜਾ ਦੇਖਿਆ ਜਾਂਦਾ ਹੈ ਬੀ ਡੀ ਪੀਓ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਧਰਨਾ ਲਗਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਵੱਡਾ ਕਦਮ ਚੱਕਿਆ ਜਾਂਦਾ ਹੈ ਕਰੀਬਨ ਮੰਗਲਵਾਰ ਨੂੰ ਇਹ ਮਾਮਲਾ ਸਾਹਮਣੇ ਆਂਦਾ ਮੰਗਲਵਾਰ ਨੂੰ 12 ਅਕਤੂਬਰ ਨੂੰ ਇਹ 120 ਐਫ ਆਈ ਆਰ ਨੰਬਰ 120 ਦੇ ਤਹਿਤ ਕੁਲਵੀਰ ਜ਼ੀਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਅੱਜ ਬੇਲ ਮਿਲੀ ਸੀ ਜ਼ਮਾਨਤ ਦੀ ਅੱਜ ਦਿੱਤੀ ਗਈ ਸੀ ਅੱਜ ਬੇਲ ਵੀ ਮਿਲੀ ਸੀ ਜਿਸ ਤੋਂ ਬਾਅਦ ਅੱਜ ਸਾਰੇ ਜਿਹੜੇ ਕਾਂਗਰਸੀ ਲੀਡਰ ਨੇ ਉੱਥੇ ਪਹੁੰਚਦੇ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਣੀ ਵੀ ਉੱਥੇ ਪਹੁੰਚਦੇ ਨੇ ਗੱਲਬਾਤ ਵੀ ਕੀਤੀ ਜਾਂਦੀ ਉਹਨਾਂ ਦੇ ਵੱਲੋਂ ਤੇ ਉੱਥੇ ਹੀ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ ਸੀ ਕਿ ਸ਼ਾਇਦ ਜ਼ੀਰਾ ਦੀ ਰਿਹਾਈ ਤੇ ਤਲਵਾਰ ਲਟਕਦੀ ਦਿਖਾਈ ਦੇ ਸਕਦੀ ਹੈ ਤੇ ਹੁਣ ਇਹ ਹੀ ਗੱਲ ਜਿਹੜੀ ਐ ਸੱਚ ਹੁੰਦੀ ਨਜ਼ਰ ਆ ਰਹੀ ਏ ਕਿਉਂਕਿ ਹੁਣ ਦੂਸਰਾ ਕੇਸ ਐ ਦੂਸਰੀ ਐਫ ਆਈ ਆਰ ਦਰਜ ਕੀਤੀ ਗਈ ਏ ਜ਼ਿਰਾ ਤੇ ਜਿਸ ਦੇ ਵਿੱਚ ਹੁਣ ਉਹਨਾਂ ਦੀ ਜਮਾਨਤ ਆ ਔਰਡਰ ਆਣ ਤੋਂ ਪਹਿਲਾਂ ਜੋ ਤੱਕ ਕੋਰਟ ਤੋਂ ਜ਼ਮਾਨਤ ਦੇ ਆਰਡਰ ਨਹੀਂ ਮਿਲ ਜਾਂਦੇ ਇਸ ਤੋਂ ਪਹਿਲਾਂ ਉਹ ਰਿਹਾ ਨਹੀਂ ਹੋ ਸਕਦੇ ਤਾਰਾ 107 ਤੇ 151 ਦੇ ਤਹਿਤ ਜਿਹੜੀ ਐ ਸਾਰੀ ਕਾਰਵਾਈ ਕੀਤੀ ਜਾ ਰਹੀ ਐ ਦੂਸਰਾ ਕੇਸ ਜਿਹੜਾ ਦਰਜ ਕੀਤਾ ਗਿਆ ਤੇ ਜ਼ਿਰਾ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਨੇ ਜਾਂ ਹੋਰ ਵੀ ਇਸ ਤੋਂ ਜ਼ਿਆਦਾ ਵੱਧ ਸਕਦੀਆਂ ਨੇ ਜਿਸ ਮਾਮਲੇ ਦੇ ਵਿੱਚ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਸੀ ਇਹ ਮਾਮਲਾ ਸੀਗਾ ਮੰਗਲਵਾਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅੱਜ ਜ਼ਮਾਨਤ ਹੋਣੀ ਸੀਗੀ ਰੋਪੜ ਜੇਲ੍ਹ ਤੋਂ ਦੇਸ ਤੋਂ ਬਾਅਦ ਅੱਜ ਇਸ ਤੇ ਰੋਕ ਲੱਗਦੀ ਦਿਖਾਈ ਦੇ ਸਕਦੀ ਹੈ ਹੁਣ ਜਿਹੜੇ ਦੂਸਰਾ ਮੁਕੱਦਮਾ ਦੂਸਰਾ ਕੇਸ ਦੂਸਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਗਈ ਹੈ ਲਗਾਤਾਰ ਇਸ ਨੂੰ ਲੈ ਕੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਵੱਲੋਂ ਕਈ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਹਾ ਹੈ ਕਿ ਸ਼ਾਇਦ ਇਹ ਜਿਹੜੀ ਐਫ ਆਈ ਆਰ ਆ ਉਹ ਕਾਂਗਰਸ ਤੇ ਜਾਣਕੀ ਕੀਤੀ ਜਾ ਰਹੀ ਹੈ ਜਾਂ ਹੋਰ ਜਿਹੜੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਸਿਆਸੀ ਦਾਅ ਪੇਚ ਖੇਡੇ ਜਾ ਰਹੇ ਨੇ ਕਿ ਇਹ ਅਸਲ ਦੇ ਵਿੱਚ ਸਿਆਸੀ ਦਾਅ ਪੇਚ ਹੈ ਜਾਂ ਹੋਰ ਵੀ ਕਈ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਹੋਰ ਵੀ ਅਸਲ ਸੱਚਾਈ ਸਾਹਮਣੇ ਆ ਸਕਦੀ ਹੈ ਲਗਾਤਾਰ ਇਸ ਨੂੰ ਲੈ ਕੇ ਹੁਣ ਸਿਆਸਤ ਕਾਫੀ ਗਰਮਾਉਂਦੀ ਵੀ ਨਜ਼ਰ ਆ ਰਹੀ ਹੈ ਸਿਆਸੀ ਦੌਪੇਜ ਕਾਫੀ ਖੇਡੇ ਜਾ ਰਹੇ ਨੇ ਇਸ ਦੇ ਨਾਲ ਜੁੜੀ ਹੋਰ ਕੀ ਕੀ ਅਸਲੀਅਤ ਨੇ ਕੀ ਕੀ ਚੀਜ਼ਾਂ ਲਗਾਤਾਰ ਥੋੜੇ ਨਾਲ ਸਾਂਝਾ ਕਰਾਂਗੇ